ਗੁਰਦਾਸਪੁਰ ਦੇ ਕਸਬਾ ਘੁਮਾਨ ਦੇ ਪਿੰਡ ਬੱਲੜਵਾਲਾ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਵਿੱਚ ਖੂਨੀ ਝੜਪ ਹੋ ਗਈ ਅਤੇ ਇੱਕ ਗੁੱਟ ਵੱਲੋਂ ਦੂਸਰੇ ਗੁੱਟ ਦੇ ਉੱਪਰ ਸਿੱਧੀ ਫਾਇਰਿੰਗ ਕਰ ਦਿੱਤੀ ਗਈ। ਇਸ ਫਾਇਰਿੰਗ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਰਮਨ ਸਿੰਘ, ਪੁਰਾਣਾ ਬੱਲੜਵਾਲਾ। ਕੀ ਮਸਲਾ? ਝਗੜਾ ਝੁੰਡਾ ਹੋ ਗਿਆ। ਝਗੜਾ ਹੈ, ਕਿਸ ਗੱਲ ਦਾ ਝਗੜਾ? ਇੱਦਾਂ ਹੀ ਪੈਲੀ ਪੋਲੀ 'ਤੇ, ਸਵੇਰੇ ਤੜਕੇ ਦੀ ਗੱਲ ਹੈ। ਕੀ ਮਸਲਾ ਹੈ ਸਾਰਾ? ਮਸਲਾ ਪਹਿਲੇ ਉਹਨੇ ਆਉਂਦਿਆਂ ਗੋਲੀ ਚਲਾਉਣੀ ਚੱਲ ਸ਼ੁਰੂ ਕਰਤੀ। ਕਿੰਨੇ? ਦੋ ਭਰਾ ਹੈ, ਕਿੰਨੇ? ਇਹ ਸੋਨੀ ਅਤੇ ਜੋਤੀ। ਚਲਾਈ ਇੱਕ ਜਣੇ ਨੇ ਹੈ, ਪੁਰਾਣੇ ਬੱਲੜਵਾਲ ਦੇ। ਫਿਰ ਮੈਂ ਫਿਰ ਡੈਡੀ ਮੇਰੇ ਨੇ ਮਾਰੀ ਗੋਲੀ ਲੈਣੀ, ਅਤੇ ਡੈਡੀ ਦੇ ਚਾਰ ਪੰਜ ਗੋਲੀਆਂ ਮਾਰੀਆਂ ਅਤੇ ਮੇਰੇ ਮੋਢੇ 'ਤੇ ਲੱਗ ਗਈ। ਮੋਢੇ 'ਤੇ ਲੱਗ ਗਈ ਅਤੇ ਬਾਹ ਲੁੱਕ ਕੇ ਮੈਂ ਭੱਜ ਗਿਆ ਉੱਥੋਂ। ਦੋ ਪੰਜ ਜਣੇ ਜਿਹਨੇ ਡੈਥ ਹੋਈ ਉਹ ਮੇਰੇ ਦਾਦਾ ਜੀ ਆ, ਅਤੇ ਡੈਡੀ, ਅਤੇ ਚਾਚਾ, ਅਤੇ ਇੱਕ ਤਾਏ ਦਾ ਮੁੰਡਾ। ਕਾਰਨ ਬਸ ਇੱਦਾਂ ਹੀ ਸਵੇਰੇ ਸਵੇਰੇ ਤੁਹਾਨੂੰ ਦੱਸਣ 'ਤੇ ਪਿਆ। ਕੁੜੀ ਤੋਂ ਮਤਲਬ ਕੁੜੀ ਉਹ ਆਪ ਗਈ ਹੈ ਨਾਲ। ਹਾਂਜੀ, ਚਾਰ ਮੌਤਾਂ? ਨਹੀਂ, ਮੇਰਾ ਭਰਾ ਹੀ ਆ। ਹਾਂਜੀ, ਇੱਕੋ ਪਰਿਵਾਰ ਦੀ, ਚਾਚੇ ਤਾਇਆਂ 'ਚੋਂ ਹੀ ਆ ਸਾਰੇ। ਜਿਹੜਾ ਲੱਗ ਜਾਂਦਾ ਉਹਦੇ ਗੋਲੀ ਮਾਰ ਦਿੰਦਾ। ਪੁਲਿਸ ਥੋੜ੍ਹਾ ਲੇਟ ਹੋ ਜੀ ਬਸ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੱਲੜਵਾਲਾ ਦੇ ਪੀੜਿਤ ਵਿਅਕਤੀ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨਾਲ ਉਹਨਾਂ ਦਾ ਪੈਲੀ ਦੀ ਵੱਟ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਅੱਜ ਕਰੀਬ ਸਵੇਰੇ 6 ਵਜੇ ਦੋਵਾਂ ਗੁੱਟਾਂ ਦਾ ਆਪਸੀ ਝਗੜਾ ਹੋ ਗਿਆ, ਜਿਸ ਦੌਰਾਨ ਉਹਨਾਂ ਉੱਪਰ ਸਿੱਧੀ ਫਾਇਰਿੰਗ ਕਰ ਦਿੱਤੀ ਗਈ ਅਤੇ ਫਾਇਰਿੰਗ ਵਿੱਚ ਉਹਨਾਂ ਦੇ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੀੜਿਤ ਨੇ ਦੱਸਿਆ ਕਿ ਇਸ ਫਾਇਰਿੰਗ ਵਿੱਚ ਉਸਦੇ ਪਿਤਾ ਮੰਗਲ ਸਿੰਘ, ਵੱਡਾ ਭਰਾ ਸੁਖਵਿੰਦਰ ਸਿੰਘ, ਛੋਟਾ ਭਰਾ ਜਸਬੀਰ ਸਿੰਘ ਅਤੇ ਉਸਦੇ ਪੁੱਤਰ ਬਬਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋ ਵਿਅਕਤੀ ਅਜੇ ਵੀ ਗੰਭੀਰ ਜ਼ਖਮੀ ਹਨ, ਜਿਨ੍ਹਾਂ ਦਾ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਸਪਾਲ ਸਿੰਘ, ਪੁਰਾਣੇ ਬੱਲੜਵਾਲ। ਕੀ ਮਸਲਾ ਹੈ? ਮਸਲਾ ਪੈਲੀ 'ਚ ਝਗੜਾ ਹੋਇਆ, ਪਰ ਜ਼ਮੀਨ 'ਚ ਝਗੜਾ ਹੋਇਆ। ਕਿਹੜੀ ਗੱਲ? ਜ਼ਮੀਨ ਤੋਂ ਵੱਟ ਬੰਨੇ ਤੋਂ ਪਤਾ ਨਹੀਂ ਹੋਇਆ। ਦੂਜੇ ਪਾਸੇ ਕੌਣ? ਦੂਜੇ ਸਾਨੂੰ ਪਿੰਡੋਂ ਹੀ ਆ ਬੰਦਾ ਸੋਨੀ, ਸਾਨੂੰ ਪਤਾ ਦਰਦਾਰ ਸਿੰਘ, ਉਹਦਾ ਭਰਾ ਹੋਇਆ ਇੱਕ ਜੋਤੀ ਸਿੰਘ। ਕੀ ਕੀਤਾ? ਇੱਕ ਮੇਰਾ ਡੈਡੀ ਨੂੰ ਮਾਰਤਾ ਵਾ ਗੋਲੀ ਮਾਰ ਕੇ, ਦੋ ਮੇਰੇ ਭਰਾ ਮਾਰੇ ਆ, ਇੱਕ ਮੇਰਾ ਖੁਦ ਮੁੰਡਾ ਮਾਰਿਆ। ਕੀ ਕੀ ਨਾਮ? ਡੈਡੀ ਦਾ ਨਾਮ ਮੰਗਲ ਸਿੰਘ ਜੀ, ਭਰਾ ਮੇਰੇ ਦਾ ਸੁਖਵਿੰਦਰ ਸਿੰਘ, ਛੋਟੇ ਭਰਾ ਦਾ ਨਾਮ ਜਸਵੀਰ ਸਿੰਘ, ਇੱਕ ਮੇਰੇ ਮੁੰਡੇ ਦਾ ਨਾਮ ਬਬਨਦੀਪ ਸਿੰਘ। ਹਾਂਜੀ, ਵੱਟ ਬੰਨੇ ਦਾ ਝਗੜਾ ਹੋਣਾ ਜੀ। ਹਾਂਜੀ, ਕਿੰਨੇ ਵਜੇ ਕਰ? ਇਹ 6:30 ਵਜੇ ਦੀ ਗੱਲ। ਪੁਲਿਸ ਬਾਅਦ 'ਚ ਹੀ ਆਪ ਖੜੀ, ਪਹਿਲਾਂ ਹੀ ਫੋਨ ਕਰਦੇ ਨੇ। ਹਾਂਜੀ, ਭਰਾ ਰਵਾਲ ਵਾਲਾ ਸੀ, ਚਲੋ ਸਿੱਧੇ ਫਾਇਰ ਕੀਤੇ, ਸਿੱਧੇ ਜਿਹੜਾ ਗਿਆ। ਦੋ ਭਰਾ ਦੇ ਮੇਰੇ ਇੱਥੇ ਪਏ ਆ, ਮੁੰਡਾ ਮੇਰਾ ਅਤੇ ਇੱਕ ਭਰਾ ਮੇਰਾ, ਛਾਤੀ 'ਚ ਗੋਲੀਆਂ ਲੱਗੀਆਂ ਉਹਨਾਂ ਦੇ। ਕੀ ਚਾਹੁੰਦੇ? ਹਾਂਜੀ, ਕੀ ਚਾਹੁੰਦੇ? ਅੰਦਰ ਹੋਣੀ ਚਾਹੀਦੀ, ਸਜ਼ਾ ਹੋਣੀ ਚਾਹੀਦੀ, ਸਖ਼ਤ ਤੋਂ ਸਖ਼ਤ ਸਜ਼ਾ ਹੋਣੀ, ਫਾਂਸੀ ਹੋਣੀ ਚਾਹੀਦੀ। ਡੀਪੂ, ਡੀਪੂ ਉਹਦੀ ਤਨਖਾਹ ਕੈਂਸਲ ਹੋ ਗਈ, ਸਾਡੀ ਪਾਸ ਹੋ ਗਈ ਆ। ਹਾਂਜੀ ਹਾਂਜੀ, ਇਹ ਮੇਰੇ ਪੁੱਤ ਨੇ ਇੱਥੇ ਪੈਲੀਆਂ ਲਈਆਂ ਵਾ ਠੇਕੇ ਤੇ, ਇਹ ਆਂਦਾ ਵੀ ਇਹਨੂੰ ਕੋਈ ਪੈਲੀ ਦਿੱਤੀ ਆ, ਮੈਂ ਲੈਣੀ ਸੀ। ਮਾਤਾ ਜੀ, ਤੁਹਾਡਾ ਨਾਂ ਕੀ ਜੇ? ਸਵਰਨ ਕੌਰ। ਤੁਹਾਡਾ ਕੀ ਲੱਗਦਾ ਸੀ? ਜਸਵੀਰ ਮੇਰਾ ਪੁੱਤ ਵਾ, ਜਸਵੀਰ ਸੁੱਖਾ ਵੀ ਮੇਰਾ ਪੁੱਤ ਵਾ। ਸੁੱਖਾ ਵੀ ਤੁਹਾਡਾ ਬੇਟਾ? ਸੁੱਖਾ ਮੇਰਾ ਰੁਜ਼ਗਾਰ ਨਾਲ ਬੇਟਾ ਵਾ। ਤੇ ਜਿਹੜੇ ਮੰਗਲ ਸਿੰਘ ਜੀ ਸੀ? ਮੰਗਲ ਸਿੰਘ ਕਰਦਾ ਵਾ। ਐਸਾ 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 ਮੇਰਾ ਨਾਮ ਮਨਜੀਤ ਕੌਰ, ਬੱਲੜਵਾਲ ਦੇ।
ਕੀ ਮਸਲਾ? ਮਸਲਾ ਪੈਲੀ ਬੰਨੇ ਦਾ ਝਗੜਾ ਸੀ ਇਹਨਾਂ ਦਾ, ਸਵੇਰ ਪਾਣੀ ਗਏ ਲਾਉਣ ਕੇ ਰਾਤ ਦੇ। ਕਿਹਦੇ ਨਾਲ ਝਗੜਾ? ਝਗੜਾ ਸੋਨੀ ਆ ਬੰਦਾ ਲਬਾਣਾ ਸਿੰਘ। ਸਵੇਰੇ ਉਹਨੇ ਕੁਛ ਪੁੱਛਿਆ ਕਿਸੇ ਨੇ ਗੋਲੀਆਂ ਚਲਾਤੀਆਂ ਵਾ, ਥਾਂ 'ਤੇ ਮਾਰ ਦਿੱਤੇ ਆ। ਤੁਸੀਂ ਕੀ ਲੱਗਦੇ ਹੋ ਪਰਿਵਾਰ? ਮੇਰਾ ਸਹੁਰਾ ਮੇਰਾ ਦੋ ਦੇਰ ਮਾਰੇ, ਇੱਕ ਮੇਰਾ ਪੁੱਤ ਮਾਰਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਕੋਲੋਂ ਅਜੇ ਦੋ ਮ੍ਰਿਤਕ ਦੇਹਾਂ ਪਹੁੰਚੀਆਂ ਹਨ, ਜਿਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ, ਅਤੇ ਦੋ ਵਿਅਕਤੀ ਜ਼ਖਮੀ ਹਨ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹਨ। ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਦੱਸਿਆ ਜਾ ਰਿਹਾ ਹੈ ਕਿ 4 ਲੋਕਾਂ ਦੀ ਮੌਤ ਹੋਈ ਹੈ ਅਤੇ 2 ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਰਾਣਾ ਬੁੱਲੜਵਾਲ ਕਰਕੇ ਪਿੰਡ ਆ, ਉੱਥੋਂ 2 ਬਰਾਡ ਡੈਡ ਆਏ ਆ, ਡੈਡ ਬੋਡੀਆਂ ਆਈਆਂ, ਮੋਰਚਰੀ 'ਚ ਲਗਾ ਤੀਆਂ, ਅਤੇ 2 ਇੰਜਰਡ ਆਏ ਆ ਮੁੰਡੇ, ਉਹਨਾਂ ਦੇ ਗੋਲੀਆਂ ਦੇ ਜਿਹੜੇ ਕੋਈ ਸ਼ਰੇ ਵੱਜੇ ਆ, ਅਤੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਵਾ। ਉਹ 2 ਜਣੇ ਹੋਰ ਆਏ, ਮਤਲਬ ਟੋਟਲ 4 ਜਣੇ ਹੋ ਗਏ। ਬਰੋਡ ਡੈਡ ਦਾ ਨਾਂ ਜੀ ਜਸਬੀਰ ਸਿੰਘ, ਇੱਕ ਤੇ 32 ਸਾਲਾਂ ਦਾ, ਮੰਗਲ ਸਿੰਘ ਉਹਦੇ ਡੈਡੀ ਦਾ ਨਾਂ, ਇੱਕ ਹੈ ਜੀ ਬਬਨਦੀਪ ਸਿੰਘ ਸਨ ਆਫ ਜਸਪਾਲ ਸਿੰਘ, ਉਹ 22 ਸਾਲਾਂ ਦਾ ਹੈ। ਇਹ ਮੋਰਚਰੀ 'ਚ ਨੇ, ਅਤੇ ਜਿਹੜੇ ਆਪਣੇ ਇੰਜਰਡ ਨੇ ਉਹ ਇੱਕ ਆ ਹਰਮਨ ਸਿੰਘ ਅਤੇ ਇੱਕ ਆ ਜਸ਼ਨਪ੍ਰੀਤ ਸਿੰਘ। ਟੋਟਲ ਜਾਣਕਾਰੀ ਕਿੰਨੀ ਹੈ ਵੀ ਕਿੰਨੇ ਡੈਡ ਆ ਤੇ ਕਿੰਨੇ ਜਣੇ? ਜਿਸ ਹਿਸਾਬ ਨਾਲ ਉਹਦੇ ਨਾਲ ਦੇ ਪੇਸ਼ੈਂਟ ਦੇ ਅਟੈਂਡੈਂਟ ਦੱਸ ਰਹੇ ਆ ਜਿਹੜੇ ਨਾਲ ਆਏ ਆ, ਉਹ ਕਹਿੰਦੇ ਆ ਕਿ 2 ਜਣੇ ਹੋਰ ਡੈੱਡ ਹੋਏ ਨੇ, ਜਿਨ੍ਹਾਂ ਦੀ ਉਹ ਅਜੇ ਡੈੱਡ ਬੋਡੀ ਉੱਥੇ ਪਿੰਡ ਹੀ ਪਈ ਆ, ਅਤੇ 2 ਉਹ 2 ਸਾਡੇ ਕੋਲ ਆ ਗਏ, 4 ਹੋ ਗਏ ਟੋਟਲ, ਅਤੇ 2 ਇੰਜਰਡ ਹੋ ਗਏ, ਟੋਟਲ 6 ਜਣੇ ਹੋ ਗਏ। ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋਵਾਂ ਗੁੱਟਾਂ ਵਿੱਚ ਖੂਨੀ ਝੜਪ ਹੋਈ ਹੈ, ਜਿਸ ਵਿੱਚ ਇੱਕੋ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋਈ ਹੈ। ਫਿਲਹਾਲ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ। ਸੁਖਵਿੰਦਰ ਸਿੰਘ ਸੋਨੀ ਬੱਲੜਵਾਲ ਦਾ ਰਹਿਣ ਵਾਲਾ, ਇਹਨੇ ਸਵੇਰੇ ਗੋਲੀਆਂ ਚਲਾ ਕੇ ਇੱਕੋ ਪਰਿਵਾਰ ਦੇ 6 ਬੰਦਿਆਂ ਨੂੰ ਜ਼ਖਮੀ ਕਰ ਦਿੱਤਾ ਸੀ, ਜੋ ਜਿਨ੍ਹਾਂ ਦੀ 2 ਦੀ ਮੌਕੇ 'ਤੇ ਮੌਤ ਹੋ ਗਈ ਸੀ, ਆਪਣੇ 2 ਦੀ ਜਾ ਕੇ ਹਸਪਤਾਲ ਡੈੱਥ ਹੋ ਗਈ ਆ। ਜਿਹੜੀ ਮੌਕੇ 'ਤੇ ਮੌਤ ਹੋਈ ਆ ਉਹ ਹੈਗੀ ਆ ਜੀ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ, ਅਤੇ ਜਸਵੀਰ ਸਿੰਘ ਅਤੇ ਜਿਹੜੀ ਬਬਨਦੀਪ ਉਹਦੀ ਜਾ ਕੇ ਉੱਥੇ ਮੌਤ ਹੋ ਗਈ ਆ ਬਟਾਲੇ। ਇਸ ਦੇ ਸੰਬੰਧ ਵਿੱਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਅਤੇ ਸਾਡੀਆਂ ਪੁਲਿਸ ਪਾਰਟੀਆਂ ਡੋਗ ਸਕੌਡ, ਫਿੰਗਰ ਪ੍ਰਿੰਟ, CIA, SSP, SSP ਸਾਹਿਬਾਨ, SP ਸਾਹਿਬਾਨ ਸਾਰੇ ਪਹੁੰਚ ਰਹੇ ਆ, ਅਤੇ ਇਹਦੇ ਸੰਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ। ਇਹਦੇ ਸੰਬੰਧ ਵਿੱਚ ਹਾਲੇ ਤੱਕ ਕੋਈ ਬਿਆਨ ਨਹੀਂ ਹੋਇਆ, ਅਸੀਂ ਲੱਗੇ ਹਾਂ ਇਸ ਤਹਿਕੀਕਾਤ 'ਚ, ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਅਸੀਂ ਬਣਦੀ ਕਾਰਵਾਈ ਕਰਾਂਗੇ।